ਦੋਸਤੋ ਮੈਂ ਵਿਨੋਦ ਫਕੀਰਾ YouTube ਚੈਨਲ ਵਿਨੋਦ ਫਕੀਰਾ ਦੇ ਉੱਤੇ ਅੱਜ ਇੱਕ ਲੇਖ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੋਇਆ ਹਾਂ ਔਰ ਮੈਂ ਅਰਦਾਸ ਕਰਦਾ ਹਾਂ ਕਿ ਤੁਸੀਂ ਇਹ ਚੈਨਲ ਦੇਖਣ ਵਾਲੇ ਸਾਰੇ ਹੀ ਤੰਦਰੁਸਤ ਹੋਮੋਗੇ ਅਤੇ ਪਰਮਾਤਮਾ ਅਗੇ ਇਹ ਅਰਦਾਸ ਕਰਦਾ ਹਾਂ ਕਿ ਤੁਸੀਂ ਤੰਦਰੁਸਤ ਤੇ ਖੁਸ਼ਹਾਲ ਸਦਾ ਹੀ ਰਹੋ ਬਸ ਵਿੱਚ ਮੇਰੇ ਨਾਲ ਵਾਲੀ ਸੀਟ ਤੇ ਬੈਠੇ ਬਜ਼ੁਰਗ ਜਿਸ ਦੇ ਚਿਹਰੇ ਤੋਂ ਜਿਸ ਦੇ ਚਿਹਰੇ ਤੇ ਕਾਫੀ ਲਾਲੀ ਸੀ ਉਸ ਦੀ ਦਿੱਖ ਤੋਂ ਲੱਗਦਾ ਸੀ ਕਿ ਬਜ਼ੁਰਗ ਵਿਦੇਸ਼ੋਂ ਆਇਆ ਹੈ ਸਫਰ ਸਾਡਾ ਹਲੇ ਲੰਮਾ ਸੀ ਮੇਰਾ ਦਿਲ ਕਰੇ ਕਿ ਬਜ਼ੁਰਗ ਨੂੰ ਬੁਲਾ ਕੇ ਉਸ ਨਾਲ ਉਸਦੀ ਤੰਦਰੁਸਤੀ ਸੰਬੰਧੀ ਕੁਝ ਗੱਲਾਂ ਸਾਂਝੀਆਂ ਕਰਾਂ ਕਿਉਂਕਿ ਅੱਜ ਕੱਲ ਦੇ ਜਵਾਨਾਂ ਦੇ ਚਿਹਰੇ ਤੇ ਵੀ ਇਸ ਤਰ੍ਹਾਂ ਲਾਲੀ ਨਹੀਂ ਪਕਦੀ ਜੋ ਬਾਬੇ ਦੇ ਚਿਹਰੇ ਤੇ ਸੀ ਮੈਂ ਸੋਚ ਵਿਚਾਰ ਕਰਨ ਉਪਰੰਤ ਗੱਲ ਤੋੜ ਲਈ ਬਜ਼ੁਰਗੋ ਕਿਸ ਮੁਲਕ ਤੋਂ ਆਏ ਹੋ ਤਾਂ ਬਾਬਾ ਆਖਣ ਲੱਗਾ ਮੇਰੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਉਹਨਾਂ ਦੇ ਕੰਮਕਾਰ ਬਹੁਤ ਠੀਕ ਹਨ ਮੈਂ ਸੋਚਿਆ ਚਲੋ ਆਪਣੇ ਵਤਨ ਗੇੜਾ ਹੀ ਮਾਰ ਆਈਏ ਅਤੇ ਨਾਲ ਹੀ ਸੰਗੀ ਸਾਥੀਆਂ ਨੂੰ ਵੀ ਮਿਲ ਆਈਏ ਮੈਂ ਬਾਬੇ ਦੀ ਉਮਰ ਦਾ ਅੰਦਾਜ਼ਾ ਮਨੋਂ ਮਨੀ ਲਾ ਰਿਹਾ ਸੀ ਕਿ 65 ਤੋਂ 68 ਵਰੇ ਦੇ ਵਿਚਕਾਰ ਹੋਵੇਗੀ ਫਿਰ ਮੈਂ ਆਨੇ ਬਹਾਨੇ ਪੁੱਛਿਆ ਬਾਬਾ ਜੀ ਕਦੋਂ ਦੇ ਵਿਦੇਸ਼ ਗਏ ਹੋ ਤਾਂ ਬਾਬਾ ਆਖਣ ਲੱਗਾ ਵੇਖ ਲੈ ਕਾਕਾ 20-21 ਸਾਲ ਦੀ ਉਮਰ ਵਿੱਚ ਹੀ ਮੈਂ ਚਲੇ ਗਿਆ ਸਾਂ ਅਤੇ ਹੌਲੀ-ਹੌਲੀ ਕੰਮ ਕਾਜ ਸੈੱਟ ਕਰਦਿਆਂ ਪਤਾ ਹੀ ਨਹੀਂ ਲੱਗਾ ਕਿ ਕਦ ਉਮਰ ਦੇ 85 ਵਰੇ ਪਤੀਤ ਹੋ ਗਏ 85 ਸਾਲ ਦੀ ਉਮਰ ਸੁਣ ਕੇ ਮੈਂ ਹੋਰ ਹੱਕਾ ਬੱਕਾ ਰਹਿ ਗਿਆ ਮੈਂ ਚਾਂ ਚੱਕ ਕਿ ਆ ਬਾਪੂ ਜੀ ਜ਼ਿੰਦਗੀ ਦੇ ਕੀ ਤਜਰਬੇ ਹਨ ਕੋਈ ਤਜਰਬੇ ਦੀ ਗੱਲ ਦੱਸੋ ਇਹ ਗੱਲ ਸੁਣ ਕੇ ਬਾਪੂ ਜੀ ਸੋਚਾਂ ਵਿੱਚ ਪੈ ਗਏ ਤੇ ਆਕਣ ਲੱਗਾ ਤਜਰਬੇ ਤਾਂ ਜ਼ਿੰਦਗੀ ਦੇ ਬਹੁਤ ਨੇ ਪੁੱਤਰਾ ਪਰ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਜੋ ਤਜਰਬਾ ਹੋਇਆ ਹੈ ਉਸ ਨੇ ਤਾਂ ਮੇਰੀ ਸਾਰੀ ਜ਼ਿੰਦਗੀ ਜ਼ੀਰੋ ਤੇ ਲਿਆ ਕੇ ਖੜੀ ਕਰ ਦੱਤੀ ਹੈ ਜਿੰਨੀ ਉਮਰ ਹੰਡਾਈ ਹੈ ਉਸ ਦਾ ਸਾਰਾ ਅੰਸ਼ ਦੋ ਦਿਨਾਂ ਵਿੱਚ ਹੀ ਸਾਹਮਣੇ ਆ ਗਿਆ ਮੈਂ ਕਿਹਾ ਕੀ ਗੱਲ ਹੋਈ ਬਾਬਾ ਜੀ ਉਹ ਤਾਂ ਤਾਂ ਉਹ ਆਖਣ ਲੱਗੇ ਪਿਛਲੇ ਦਿਨੀ ਕਰੋਨਾ ਦੀ ਬਿਮਾਰੀ ਨੇ ਜ਼ੋਰ ਫੜਿਆ ਸੀ ਤੇ ਮੈਂ ਵੀ ਇਸ ਦੀ ਚਪੇਟ ਵਿੱਚ ਆ ਗਿਆ ਸਾਂ ਤੇ ਮੈਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਾਂਦਿਆਂ ਹੀ ਆਕਸੀਜਨ ਲਗਾ ਦਿੱਤੀ ਨਾਲੇ ਕਾਕਾ ਤੈਨੂੰ ਪਤਾ ਹੈ ਕਿ ਉਧਰ ਬੰਦੇ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਫਿਰ ਦੋ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਤੇ ਨਾਲ ਹੀ ਕਿਹਾ ਹੁਣ ਤੁਸੀਂ ਠੀਕ ਹੋ ਆਪਣੇ ਘਰ ਜਾ ਸਕਦੇ ਹੋ ਮੇਰੇ ਪੁੱਛਣ ਤੇ ਦੱਸਿਆ ਕਿ ਤੁਹਾਡੀ ਆਕਸੀਜਨ ਘਟ ਗਈ ਸੀ ਤੇ ਕਹਿੰਦੇ ਹੋਏ ਡਾਕਟਰ ਨੇ ਮੇਰੇ ਹੱਥ ਵਿੱਚ ਹਸਪਤਾਲ ਦੇ 2 ਦਿਨਾਂ ਦਾ ਬਿੱਲ ਇਲਾਜ ਦੇ ਆਏ ਖਰਚੇ ਦਾ ਬਿੱਲ ਫੜਾ ਦਿੱਤਾ ਬਿੱਲ ਦੀ ਰਕਮ ਵੇਖ ਕੇ ਮੇਰਾ ਰੋਣਾ ਨਿਕਲ ਗਿਆ ਤੇ ਡਾਕਟਰ ਆਖਣ ਲੱਗੇ ਜੇਕਰ ਤੁਸੀਂ ਇਸ ਬਿੱਲ ਨੂੰ ਦਾ ਭੁਗਤਾਨ ਨਹੀਂ ਕਰ ਸਕਦੇ ਤਾਂ ਰਹਿਣ ਦਿਓ ਕਿਉਂਕਿ ਬਿੱਲ ਦੀ ਰਕਮ ਆਪਣੇ ਇੰਡੀਆ ਦੇ ਹਿਸਾਬ ਨਾਲ ਕਾਕਾ 70 ਤੋਂ 75 ਲੱਖ ਦੇ ਕਰੀਬ ਬਣਦੀ ਸੀ ਮੈਂ ਕਿਹਾ ਨਹੀਂ ਇਸ ਤੋਂ ਦੁੱਗਣਾ ਬਿੱਲ ਵੀ ਮੈਂ ਬਿੱਲ ਦਾ ਵੀ ਮੈਂ ਭੁਗਤਾਨ ਕਰ ਸਕਦਾ ਹਾਂ ਪਰ ਦੁੱਖ ਦੀ ਗੱਲ ਇਹ ਹੈ ਕਿ 85 ਸਾਲ ਦੀ ਉਮਰ ਤੱਕ ਜਿਸ ਕੁਦਰਤ ਨੇ ਮੈਨੂੰ ਅਤੇ ਇਸ ਕੁਲ ਆਲਮ ਨੂੰ ਬਿਨਾਂ ਕਿਸੇ ਭੇਦ ਭਾਉ ਧਰਮ ਜਾਤਾਂ ਪਾਤਾਂ ਤੇ ਦੇਸ਼ ਵਿਦੇਸ਼ ਦੀਆਂ ਹੱਦਾਂ ਨੂੰ ਮਤਭੇਦਾਂ ਨੂੰ ਨਾ ਮੰਨ ਕੇ ਫ੍ਰੀ ਹੀ ਆਕਸੀਜਨ ਦਿੱਤੀ ਹੈ ਉਸ ਦਾ ਮੁੱਲ ਮੈਂ ਕਿੰਝ ਚੁਕਾਵਾਂਗਾ ਇਸ ਲਈ ਮੈਂ ਪੁੱਤਰਾ ਆਪਣੀ ਧਰਤੀ ਤੇ ਰੁੱਖ ਲਗਾਉਣ ਲਈ ਵੀ ਆਇਆ ਹਾਂ ਇਸੇ ਮੰਤਵ ਨਾਲ ਕਿ ਰੁੱਖ ਲਗਾਓ ਤੇ ਦੁਨੀਆ ਨੂੰ ਆਕਸੀਜਨ ਭਰਪੂਰ ਬਣਾਓ ਤਾਂ ਜੋ ਰੁੱਖਾਂ ਦੀ ਕਮੀ ਕਰਕੇ ਦਿਨ-ਬ-ਦਿਨ ਜੋ ਆਕਸੀਜਨ ਦੀ ਘਾਟ ਹੁੰਦੀ ਹੈ ਇਸ ਲਈ ਇਸ ਨੂੰ ਦੂਰ ਕੀਤਾ ਜਾ ਸਕੇ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਮੈਂ ਆਪਣੇ ਮਨ ਵਿੱਚ ਧਾਰਿਆ ਕਿ ਰੁੱਖ ਲਗਾਉਣਾ ਮਨੁੱਖ ਲਈ ਕਿੰਨੇ ਜ਼ਰੂਰੀ ਹਨ ਇਸ ਲਈ ਸਾਨੂੰ ਆਪਣੇ ਨੈਤਿਕ ਫਰਜ਼ ਸਮਝੇ ਹੋਏ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਕਸੀਜਨ ਰਹਿਤ ਸਮਾ ਦੇਖੇ ਔਕੜਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਦੋਸਤੋ এনवायरमेंट ਡੇ ਜੋ ਅਸੀਂ ਮਨਾਉਣ ਜਾ ਰਹੇ ਹਾਂ ਉਸ ਦਾ ਮਕਸਦ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਸਾਰੇ ਜਣੇ ਅਸੀਂ ਆਪਣੇ ਜੀਵਨ ਵਿੱਚ ਇੱਕ ਇੱਕ ਰੁੱਖ ਜ਼ਰੂਰ ਲਗਾਈਏ ਜੇ ਰਚਨਾ ਚੰਗੀ ਲੱਗੀ ਹੋਵੇ ਲੇਖ ਚੰਗਾ ਲੱਗਾ ਹੋਵੇ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ